ਟਿਵਾਣਾ ਰੈਡੀ ਦੇ ਸਤਿਕਾਰ ਸ਼ਰੋਤਿਓ, ਜਿਸ ਤਰ੍ਹਾਂ ਅੱਜ ਸਾਹਿਬ ਜਗੀਰ ਸਿੰਘ ਜਗਤਾਰ ਮਰਹੂਮ ਪੱਤਰਕਾਰ ਜੋ ਬੀਤੇ ਦਿਨ ਬਿਮਾਰੀ ਤੋਂ ਬਾਅਦ ਦੁਨੀਆ ਤੋਂ ਰੁਖਸਤ ਹੋ ਗਏ ਸਨ, ਬਰਨਾਲਾ ਨਾਲ ਸੰਬੰਧਿਤ ਸਨ, ਲੰਮਾ ਸਮਾਂ ਪੱਤਰਕਾਰੀ ਹਲਕਿਆਂ ਦੇ ਵਿੱਚ ਲੇਖਣੀ ਦੇ ਹਲਕਿਆਂ ਦੇ ਵਿੱਚ ਵਿਚਰਦੇ ਰਹੇ ਨੇ। ਸਾਫ਼ ਸੁਥਰੀ ਸ਼ਖਸੀਅਤ ਅਤੇ ਖਾਸ ਕਰਕੇ ਨੌਜਵਾਨ ਪੱਤਰਕਾਰਾਂ ਦੇ ਨਾਲ ਉਹਨਾਂ ਦਾ ਬੜਾ ਸਹਿਚਾਰ ਰਿਹਾ ਅਤੇ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਅੱਜ। ਅਤੇ ਡਾਕਟਰ ਮੇਘਾ ਸਿੰਘ ਜਿਹੜੇ ਕਿ ਮੈਨੂੰ ਪਿਛਲੇ ਦਿਨੀ ਭੈਣ ਰਾਣੀ ਡਾਕਟਰ ਮੇਘਾ ਸਿੰਘ ਹੋਰਾਂ ਨੂੰ ਬਰਨਾਲਾ ਦੇ ਵਿੱਚ ਮਿਲਣ ਦਾ ਮੌਕਾ ਵੀ ਮਿਲਿਆ ਸੀ, DPRO ਨੇ ਬਰਨਾਲਾ ਦੇ ਵਿੱਚ ਪਬਲਿਕ ਰਿਲੇਸ਼ਨ ਅਧਿਕਾਰੀ ਨੇ, ਅਤੇ ਉਹਨਾਂ ਨੇ ਉਹਨਾਂ ਦੇ ਬਾਰੇ ਇਹ ਕੋਲਮ ਅੱਜ ਲਿਖਿਆ। ਸ਼ਰਧਾਂਜਲੀ ਭੇਂਟ ਕਰਦਿਆਂ ਸਾਹਿਬ ਜਗੀਰ ਸਿੰਘ ਜਗਤਾਰ ਹੋਰਾਂ ਨੂੰ ਡਾਕਟਰ ਮੇਘਾ ਸਿੰਘ ਲਿਖਦੇ ਨੇ ਕਿ ਪੰਜਾਬੀ ਪੱਤਰਕਾਰੀ ਦੇ ਖੇਤਰ ਦੇ ਵਿੱਚ ਜਗੀਰ ਸਿੰਘ ਜਗਤਾਰ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਜਗਤਾਰ ਜੀ ਅਗਾਂਹ ਵਧੂ ਲੇਖਕ, ਖੱਬੇ ਪੱਖੀ ਆਗੂ, ਨਿਸ਼ਕਾਮ ਵਰਕਰ, ਸਮਾਜ ਸੇਵੀ ਅਤੇ ਲੋਕ ਪੱਖੀ ਪੱਤਰਕਾਰ ਵਜੋਂ ਨਾ ਕੇਵਲ ਉਹ ਬਰਨਾਲੇ ਬਲਕਿ ਸਮੁੱਚੇ ਪੰਜਾਬ ਦੇ ਵਿੱਚ ਚਰਚਿਤ ਸਨ। ਜਗਤਾਰ ਜੀ ਨੇ ਆਪਣੀ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ 1969 ਦੇ ਵਿੱਚ ਜਲੰਧਰ ਤੋਂ ਛਪਦੇ CPI ਦੇ ਅਖ਼ਬਾਰ ਨਵਾਂ ਜ਼ਮਾਨਾ ਤੋਂ ਸ਼ੁਰੂਆਤ ਕੀਤੀ ਸੀ। 1969 ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਉਦੋਂ ਮੈਂ 1 ਸਾਲ ਦਾ ਹੋਵਾਂਗਾ ਜਦੋਂ ਜਗਤਾਰ ਜੀ ਨੇ ਪੱਤਰਕਾਰੀ ਸ਼ੁਰੂ ਕੀਤੀ ਸੀ। ਅਤੇ 1959 ਦੇ ਵਿੱਚ, ਸੋਰੀ, ਮੇਰੇ ਜਨਮ ਤੋਂ ਪਹਿਲਾਂ ਦੀ। ਅਤੇ ਜਿਸ ਤਰ੍ਹਾਂ 1964 ਦੇ ਵਿੱਚ CPI ਦੇ ਵਿੱਚ ਫੁੱਟ ਪੈਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਤਾ CPI ਨਾਲ ਜੋੜ ਲਿਆ ਸੀ। ਫਿਰ ਪਾਰਟੀ ਦੇ ਅਖ਼ਬਾਰ ਲੋਕ ਲਹਿਰ ਦੇ ਵਿੱਚ ਸਬ ਐਡੀਟਰ ਲੱਗੇ। ਜਦੋਂ ਲੋਕ ਲਹਿਰ ਢਹਿੰਦੀਆਂ ਕਲਾਂ ਵੱਲ ਜਾਣ ਲੱਗਿਆ ਤਾਂ ਜਗਤਾਰ ਜੀ ਨੇ ਜਲੰਧਰੋਂ ਵਾਪਸ ਆ ਕੇ ਬਰਨਾਲੇ ਨੂੰ ਪੱਕੇ ਤੌਰ 'ਤੇ ਆਪਣੇ ਪੱਤਰਕਾਰੀ ਦੀ ਕਰਮ ਭੂਮੀ ਬਣਾ ਲਿਆ। ਅਤੇ ਇੱਥੋਂ ਹੀ ਲੋਕ ਲਹਿਰ ਨਵਾਂ ਜ਼ਮਾਨਾ ਅਤੇ ਹੋਰ ਅਖ਼ਬਾਰਾਂ ਦੇ ਲਈ ਮੈਗਜ਼ੀਨਾਂ ਲਈ ਖ਼ਬਰਾਂ ਅਤੇ ਫੀਚਰ ਭੇਜਣ ਲੱਗੇ। 1978 ਦੇ ਵਿੱਚ ਪੰਜਾਬੀ ਟ੍ਰਿਬਿਊਨ ਨੇ ਉਹਨਾਂ ਨੂੰ ਬਰਨਾਲੇ ਤੋਂ ਪੱਤਰਕਾਰ ਨਿਯੁਕਤ ਕੀਤਾ ਅਤੇ ਹੋਰ ਅਖ਼ਬਾਰਾਂ 'ਤੇ ਕੰਮ ਕਰਨ ਦੀ ਬੰਦਿਸ਼ ਤੋਂ ਵੀ ਮੁਕਤ ਰੱਖਿਆ। ਜਾਣੀ ਕਿ ਕਈ ਵਾਰੀ ਹੁੰਦਾ ਕਿ ਜਦੋਂ ਤੁਸੀਂ ਇੱਕ ਅਖ਼ਬਾਰ ਦੇ ਪੱਤਰਕਾਰ ਬਣ ਜਾਂਦੇ ਹੋ ਤਾਂ ਫਿਰ ਕਈ ਵਾਰੀ ਬੰਦਿਸ਼ ਹੁੰਦੀ ਹੈ ਦੂਸਰੀ ਜਗ੍ਹਾ ਕੰਮ ਕਰਨ ਦੀ, ਪਰ ਉਹਨਾਂ ਨੂੰ ਟ੍ਰਿਬਿਊਨ ਦੇ ਨਾਲ ਨਾਲ ਹੋਰਾਂ ਤੋਂ ਵੀ ਕੰਮ ਕਰਨ ਨੂੰ ਨਾ ਰੋਕਿਆ ਗਿਆ। ਅਤੇ ਜਾਣੀ ਕਿ ਉਹ ਟ੍ਰਿਬਿਊਨ ਦੇ ਨਾਲ ਨਾਲ ਹੋਰ ਅਖ਼ਬਾਰਾਂ, ਮੈਗਜ਼ੀਨ, ਰਸਾਲਿਆਂ ਲਈ ਵੀ ਲਿਖਦੇ ਰਹੇ। ਅਤੇ ਕਈ ਸਾਲ ਜਗੀਰ ਸਿੰਘ ਜਗਤਾਰ ਜੀ ਬਰਨਾਲਾ ਤੋਂ ਹਿੰਦ ਸਮਾਚਾਰ ਗਰੁੱਪ ਨੂੰ ਛੱਡ ਕੇ ਪੰਜਾਬ ਦੇ ਲਗਭਗ ਸਾਰੇ ਅਖ਼ਬਾਰਾਂ ਦੇ ਪੱਤਰਕਾਰ ਵਜੋਂ ਸੇਵਾ ਨਿਭਾਉਂਦੇ ਰਹੇ, ਸਿਰਫ ਜਗਬਾਣੀ ਗਰੁੱਪ ਲਈ ਛੱਡ ਕੇ। ਜਦੋਂ ਉਹਨਾਂ ਦੀ ਸਿਹਤ ਕਮਜ਼ੋਰ ਹੋਈ ਤਾਂ ਉਹਨਾਂ ਨੇ ਖਬਰ ਪੱਤਰਕਾਰੀ ਦਾ ਭਾਰ ਛੱਡ ਕੇ ਵਿਚਾਰ ਪੱਤਰਕਾਰੀ, ਜਾਣੀ ਕਿ ਭਾਵ ਪੱਖ ਦੇ ਮਸਲਿਆਂ ਬਾਰੇ ਲਿਖਣਾ ਸ਼ੁਰੂ ਕੀਤਾ। ਸਾਲ 2013 ਦੇ ਵਿੱਚ ST ਕਾਲਜ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਨੇ ਉਹਨਾਂ ਨੂੰ ਕਾਲਜ ਦੇ ਪੱਤਰਕਾਰੀ ਵਿਭਾਗ ਤੋਂ ਸ਼ੁਰੂ ਕੀਤੇ ਗਏ ਹਫ਼ਤਾਵਾਰੀ ਪੱਤਰ ਸਮਾਜ ਅਤੇ ਪੱਤਰਕਾਰ ਦੀਆਂ ਜ਼ਿੰਮੇਵਾਰੀਆਂ ਸੰਪਾਦਕੀ ਦੀਆਂ ਦਿੱਤੀਆਂ, ਜਿਹੜੀਆਂ ਉਹ ਆਪਣੇ ਜੀਵਨ ਦੇ ਆਖਰੀ ਪਲਾਂ ਤੱਕ ਨਿਭਾਉਂਦੇ ਰਹੇ। ਪੱਤਰਕਾਰੀ ਦੇ ਇੰਨੇ ਲੰਮੇ ਸਫ਼ਰ ਦੇ ਦੌਰਾਨ ਜਗਤਾਰ ਸਿੰਘ ਜੀ ਕਦੇ ਵੀ ਨਿਰਪੱਖ ਅਤੇ ਲੋਕ ਪੱਖੀ ਪੱਤਰਕਾਰੀ ਤੋਂ ਵਿਰਵੇ ਨਹੀਂ ਸੀ ਹੋਏ, ਵਾਂਝੇ ਨਹੀਂ ਸੀ ਹੋਏ। ਉਹਨਾਂ ਨੇ ਹਮੇਸ਼ ਨਿਰਪੱਖ ਅਤੇ ਲੋਕ ਪੱਖੀ ਪੱਤਰਕਾਰੀ ਦਾ ਪੱਲਾ ਫੜੀ ਰੱਖਿਆ। ਇਸੇ ਸਮੇਂ ਦੌਰਾਨ ਲੋਕਾਂ ਤੋਂ ਲੈ ਕੇ ਅਫਸਰਾਂ, ਵਿਧਾਇਕਾਂ, ਮੰਤਰੀਆਂ, ਮੁੱਖ ਮੰਤਰੀਆਂ, ਸਨਅਤਕਾਰਾਂ ਅਤੇ ਅਨੇਕਾਂ ਰਸੂਖਵਾਨ
ਲੋਕਾਂ ਤੱਕ ਉਹਨਾਂ ਦੀ ਰਸਾਈ ਰਹੀ, ਪਰ ਉਹਨਾਂ ਕਦੇ ਵੀ ਕਿਸੇ ਨੂੰ ਪੱਤਰਕਾਰੀ ਦੀ ਆੜ ਦੇ ਵਿੱਚ ਆਪਣੇ ਨਿੱਜੀ ਮਫਾਦ ਲਈ ਨਹੀਂ ਵਰਤਿਆ। ਇਸ ਗੱਲ ਦੀ ਸ਼ਾਦੀ ਭਰਦੀ ਉਹਨਾਂ ਦੇ ਜੀਵਨ ਦੀ ਆਖਰੀ ਸਾਹਾਂ ਤੱਕ ਇਹ ਉਹਨਾਂ ਦੀ ਫਿਤਰਤ ਕਾਮਯਾਬ ਰਹੀ। ਸਾਦਾ ਜੀਵਨ ਜਾਂਚ, ਨਾ ਕੋਠੀ, ਨਾ ਕਾਰ, ਨਾ ਸਕੂਟਰ, ਨਾ ਕੋਈ ਬੈਂਕ ਬੈਲੈਂਸ ਦਾ ਹੋਣਾ ਇਸ ਦੀ ਹਾਮੀ ਭਰਦਾ। ਜਗਤਾਰ ਜੀ ਹਮੇਸ਼ਾ ਪੱਤਰਕਾਰੀ ਦੀਆਂ ਉੱਚੀਆਂ ਸੁੱਚੀਆਂ ਅਤੇ ਨਰੋਈਆਂ ਕਦਰਾਂ ਕੀਮਤਾਂ 'ਤੇ ਪਹਿਰਾ ਦਿੰਦੇ ਸਨ। ਲੋਕ ਲਹਿਰਾਂ, ਜਨਤਕ ਸੰਘਰਸ਼ਾਂ, ਮੁਲਾਜ਼ਮਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਗਰੀਬ ਵਰਗ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਜਗਤਾਰ ਜੀ ਦੀਆਂ ਖਬਰਾਂ ਦਾ ਕੇਂਦਰ ਬਿੰਦੂ ਰਹਿੰਦੀਆਂ ਸਨ। ਉਹ ਹਮੇਸ਼ਾ ਬੇਲਾਗ, ਬੇਖੌਫ ਅਤੇ ਅਸੂਲਾਂ ਦੀ ਪਾਬੰਦ ਰਹਿ ਕੇ ਹੀ ਪੱਤਰਕਾਰੀ ਦਾ ਧਰਮ ਨਿਭਾਉਂਦੇ ਰਹੇ। ਆਰਥਿਕ ਹਾਲਾਤ ਬਹੁਤੀ ਬਿਹਤਰ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨਾ ਕਿਸੇ ਸਰਕਾਰ, ਸਿਆਸੀ ਆਗੂ, ਅਧਿਕਾਰੀ ਜਾਂ ਰਸੂਖਵਾਨ ਸ਼ਖਸ ਤੋਂ ਨਾ ਕਿਸੇ ਕਿਸਮ ਦੀ ਕੋਈ ਆਸ, ਨਾ ਮਾਣ ਸਨਮਾਨ ਦੀ ਝਾਕ ਰੱਖੀ। ਇਮਾਨਦਾਰੀ, ਪਾਰਦਰਸ਼ਤਾ, ਪਛਾਈ ਸੁਆਪਣ ਅਤੇ ਤੱਥਾਂ ਦੀ ਸੱਚਾਈ ਅਤੇ ਨਿਰਪੱਖਤਾ ਜਗਤਾਰ ਜੀ ਦੀ ਪੱਤਰਕਾਰੀ ਦੇ ਮੇਰੀ ਗੁਣ ਸਨ। ਸਾਫ਼ ਸੁਥਰੀ ਪੱਤਰਕਾਰੀ ਤੋਂ ਇਲਾਵਾ ਜਗਤਾਰ ਜੀ ਲੋਕ ਪੱਖੀ ਆਗੂ ਅਤੇ ਵਰਕਰ ਵਜੋਂ ਵੀ ਵਿਚਰਦੇ ਰਹੇ। ਉਹਨਾਂ ਪੰਜਾਬ ਕਿਸਾਨ ਸਭਾ ਦੇ ਉਹ ਸਰਗਰਮ ਆਗੂ ਵੀ ਰਹੇ। ਪੰਜਾਬੀ ਸਾਹਿਤ ਸਭਾ, ਲਿਖਾਰੀ ਸਭਾ ਬਰਨਾਲਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਰਹੇ। ਉਹ ਬਰਨਾਲਾ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਭਗਤ ਮੋਹਨ ਲਾਲ ਸੇਵਾ ਸੰਮਤੀ, ਰਾਮਬਾਗ ਕਮੇਟੀ, ਅਪਾਹਜ ਗਊ ਸੇਵਾ ਆਸ਼ਰਮ ਦੀਆਂ ਸਰਗਰਮੀਆਂ ਦੇ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਚੱਲੀਆਂ ਲਗਭਗ ਸਾਰੀਆਂ ਲੋਕ ਲਹਿਰਾਂ ਦੇ ਵਿੱਚ ਜਗਤਾਰ ਜੀ ਸਰਗਰਮ ਰਹੇ। 1959 ਦੇ ਖੁਸ਼ ਹੈਸੀਅਤ ਟੈਕਸ ਮੋਰਚੇ ਸਮੇਂ ਉਹਨਾਂ ਗੁਪਤ ਰਹਿ ਕੇ ਬਹੁਤ ਕੰਮ ਕੀਤਾ ਹੈ। ਜ਼ਿਕਰ ਖਾਸ ਹੈ ਕਿ 1957 ਦੇ ਵਿੱਚ 9ਵੀਂ ਜਮਾਤ ਵਿੱਚ ਪੜ੍ਹਦਿਆਂ ਉਹਨਾਂ ਨੂੰ ਦਲ ਬਦਲੀ ਕਰਕੇ ਬਣੇ ਵਜ਼ੀਰ ਸੰਪੂਰਨ ਸਿੰਘ ਧੌਲਾ ਦੇ ਪਿੰਡ ਦਾਨਗੜ੍ਹ ਵਿਖੇ ਰੱਖੇ ਸਿਆਸੀ ਜਲਸੇ ਦੇ ਵਿੱਚ ਭੰਗ ਪਾਉਣ ਦੇ ਕੇਸ ਦੇ ਵਿੱਚ ਅਤੇ ਹੋਰ 12 ਜਣਿਆਂ ਸਮੇਤ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ ਸੀ। ਇਸ ਕੇਸ ਦੇ ਵਿੱਚ ਉਹਨਾਂ ਨੂੰ ਲੋਕ ਹਿੱਤਾਂ ਲਈ ਬੋਲਣ, ਪੜ੍ਹਨ ਅਤੇ ਖੜਨ ਦਾ ਪਹਿਲਾ ਪਾਠ ਸਿਖਾਇਆ ਗਿਆ, ਜਿਸ ਉੱਤੇ ਉਹਨਾਂ ਦੇ ਜੀਵਨ ਦੇ ਅੰਤ ਤੱਕ ਪ੍ਰਭਾਵ ਵੀ ਰਿਹਾ ਅਤੇ ਉਹਨਾਂ ਪਹਿਰਾ ਵੀ ਦਿੱਤਾ। ਸਾਹ ਜਗੀਰ ਸਿੰਘ ਜਗਤਾਰ ਦੀ ਪੱਤਰਕਾਰੀ ਦਾ ਸਮੁੱਚਾ ਜੀਵਨ ਮੌਜੂਦਾ ਦੌਰ ਦੇ ਇਤਿਹਾਸ ਦੇ ਵਿੱਚ ਚਾਨਣ ਮੁਨਾਰਾ, ਸਾਦ ਮਰਾਦੀ ਰਹਿਣੀ ਵਾਲਾ ਇਹ ਲੋਕ ਪੱਖੀ ਫਕੀਰ ਪੱਤਰਕਾਰ 26 ਮਾਰਚ ਸੰਨ 2024 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਅਤੇ ਅੱਜ 4 ਅਪ੍ਰੈਲ ਨੂੰ ਬਰਨਾਲਾ ਵਿਖੇ ਸਾਹ ਜਗੀਰ ਸਿੰਘ ਜਗਤਾਰ ਜੀ ਨੂੰ ਉਹਨਾਂ ਦੇ ਸਾਖ ਸੰਬੰਧੀ ਹਮ ਖਿਆਲ ਅਤੇ ਸੁਨੇਹੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ। ਉਹਨਾਂ ਦੇ ਬਾਰੇ ਇਹ ਅਲਫਾਜ਼ DPRO ਬਰਨਾਲਾ ਡਾਕਟਰ ਮੇਗਾ ਸਿੰਘ ਲਿਖਦੇ ਨੇ, ਜਿਨ੍ਹਾਂ ਦਾ ਸੰਪਰਕ ਨੰਬਰ 9780-36-3137 ਹੈ। ਸੋ ਮੈਂ ਜਦੋਂ 2007 ਦੇ ਵਿੱਚ PVC ਟੈਲੀਵਿਜ਼ਨ 'ਤੇ ਕੰਮ ਕਰਦਾ ਸੀ, ਉਦੋਂ ਵੀ ਹਫ਼ਤੇ 10 ਦਿਨਾਂ ਬਾਅਦ PVC TV ਦੇ ਅਕਸਰ ਜਗੀਰ ਸਿੰਘ ਜਗਤਾਰ ਹੋਰਾਂ ਦੇ ਨਾਲ ਗੁਫ਼ਤਗੂ ਹੁੰਦੀ ਸੀ। ਪਜਾਮਾ ਉਹਨਾਂ ਦਾ ਕਾਫ਼ੀ ਖੁੱਲ੍ਹਾ ਡੁੱਲਾ ਉਹਨਾਂ ਨੇ ਪਾਇਆ ਹੁੰਦਾ ਸੀ ਅਤੇ ਕੁੜਤੇ ਦੇ ਨਾਲ ਦੀ ਮੈਚਿੰਗ ਪੱਗ ਜਿਸ ਤਰ੍ਹਾਂ ਤੁਸੀਂ ਤਸਵੀਰ 'ਚ ਵੇਖ ਰਹੇ ਹੋ ਉਹਨਾਂ ਦੀ ਸੀ। ਉੱਦਾਂ ਭਾਵੇਂ ਉਹ ਧਾਲੀਵਾਲ ਜੱਟ ਸਨ, ਪਰ ਉਹ ਅਸਲ ਦੇ ਵਿੱਚ ਪੰਜਾਬ ਦੇ ਜੱਟ ਸਨ, ਜਿਨ੍ਹਾਂ ਨੇ ਆਪਣੀ ਸ਼ਖਸੀਅਤ ਉੱਤੇ ਕਿਸੇ ਵੀ ਚੀਜ਼ ਦਾ ਕੋਈ ਪ੍ਰਭਾਵ ਨਹੀਂ ਪਾਉਣ ਦਿੱਤਾ। ਖਾਸ ਕਰਕੇ ਉਹਨਾਂ ਦੀ ਮਤਲਬ ਕਿਸਾਨੀ ਦੇ ਗੀਤ, ਇੱਕ ਉਹਨਾਂ ਨੇ ਕਿਤਾਬ ਸੰਪਾਦਿਤ ਕੀਤੀ ਸੀ, ਹੋਰ ਵੀ ਕਈ ਕਿਤਾਬਾਂ ਉਹਨਾਂ ਨੇ ਸੰਪਾਦਿਤ ਕੀਤੀਆਂ ਲਿਖੀਆਂ ਸਨ। ਸੋ ਅੱਜ ਉਹਨਾਂ ਦੀ ਸ਼ਰਧਾਂਜਲੀ ਹੈ ਅਤੇ ਇਹ ਰੰਗਲੇ ਸੱਜਣ 26 ਮਾਰਚ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ।
ਸੋ ਜਾਣਾ ਸਭ ਨੇ ਆ ਜ਼ਿੰਦਗੀ ਦੇ ਵਿੱਚ, ਸ਼ਾਇਦ ਕੁਛ ਚੰਗੀਆਂ ਗੱਲਾਂ ਖੱਟ ਕੇ ਜਾਣਾ ਹੀ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਆ। ਸੋ ਦੋਸਤੋ, ਇਹ ਸੀ ਗੱਲਬਾਤ ਸਰ ਜਗੀਰ ਸਿੰਘ ਜਗਤਾਰ ਜੀ ਹੋਣਾ ਦੇ ਮੁਤਲਕ।